ਸੜਕ ਹਾਦਸੇ ਵਿੱਚ ਦੋ ਦੋਸਤਾਂ ਦੀ ਹੋਈ ਮੌਤ। ਕੰਮ ਤੋਂ ਆ ਰਹੇ ਸੀ ਵਾਪਸ, ਘਰ ਤੋਂ ਮਹਿਜ਼ ਅੱਧਾ ਕਿਲੋਮੀਟਰ ਦੂਰ ਹੀ ਵਾਪਰ ਗਿਆ ਹਾਦਸਾ। ਮਾਂ ਦਾ ਹੋਇਆ ਰੋ ਰੋ ਬੁਰਾ ਹਾਲ। ਦੱਸ ਦੇ ਕਿ ਸੜਕ ਹਾਦਸੇ ਵਿੱਚ ਦੋ ਦੋਸਤਾਂ ਦੀ ਮੌਤ ਹੋ ਗਈ ਹੈ ਤੇ ਨਿੱਜੀ ਫੈਕਟਰੀ ਤੋਂ ਕੰਮ ਕਰਨ ਉਪਰੰਤ ਮੋਟਰਸਾਈਕਲ ਤੇ ਘਰ ਵਾਪਸ ਆ ਰਹੇ ਸੀ ਤੇ ਘਰ ਤੋਂ ਮਹਿਜ਼ ਅੱਧਾ ਕਿਲੋਮੀਟਰ ਦੂਰ ਹੀ ਭਿਆਨਕ ਹਾਦਸਾ ਵਾਪਰ ਜਾਂਦਾ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਇੱਕ ਨੌਜਵਾਨ ਦਾ ਮਹਿਜ਼ 20 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਪੁਲਿਸ ਨੇ ਹੁਣ ਮਾਮਲਾ ਦਰਜ ਕਰਕੇ ਅਣਪਛਾਤੇ ਵਾਹਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੱਸ ਦੇ ਕਿ ਮਾਮਲਾ ਨਾਭੇ ਦਾ, ਜਿੱਥੇ ਬੀਤੀ ਦੇਰ ਰਾਤ ਨਾਭਾ ਸਤਸੰਗ ਰੋਡ ਤੇ ਸੜਕ ਹਾਦਸੇ ਵਿੱਚ ਮੋਟਰਸਾਈਕਲ ਤੇ ਸਵਾਰ ਦੋ ਦੋਸਤਾਂ ਦੀ ਮੌਤ ਹੋਈ ਹੈ। ਦੋਵੇਂ ਮ੍ਰਿਤਕ ਰਾਤ ਨੂੰ ਫੈਕਟਰੀ ਵਿੱਚੋਂ ਕੰਮ ਕਰਕੇ ਵਾਪਸ ਘਰ ਆ ਰਹੇ ਸੀ ਤਾਂ ਘਰ ਤੋਂ ਸਿਰਫ ਅੱਧਾ ਕਿਲੋਮੀਟਰ ਦੂਰ ਹੀ ਇਹ ਭਿਆਨਕ ਹਾਦਸਾ ਵਾਪਰ ਜਾਂਦਾ। ਮ੍ਰਿਤਕ ਸੰਜੇ ਕੁਮਾਰ, ਜਿਸ ਦੀ ਉਮਰ 25 ਸਾਲ, ਜੋ ਕਿ ਨਾਭਾ ਬਲਾਕ ਦੇ ਪਿੰਡ ਰੋਟੀ ਛੰਨਾ ਦਾ ਰਹਿਣ ਵਾਲਾ ਸੀ, ਜਿਹਦੇ ਵਿਆਹ ਨੂੰ ਅਜੇ ਕਰੀਬ 20 ਦਿਨ ਹੀ ਹੋਏ ਸੀ। ਦੂਸਰੇ ਨੌਜਵਾਨ ਦਾ ਨਾਮ ਨਰਿੰਦਰ ਸਿੰਘ, 23 ਸਾਲ, ਜੋ ਕਿ ਨਾਭਾ ਬਲਾਕ ਦੇ ਪਿੰਡ ਰੋਟਾਂ ਦਾ ਰਹਿਣ ਵਾਲਾ ਸੀ। ਅਲੱਗ ਅਲੱਗ ਦੋ ਪਰਿਵਾਰਾਂ ਦੇ ਦੋ ਚਿਰਾਗ ਬੁੱਝਣ ਦੇ ਨਾਲ ਘਰ ਵਿੱਚ ਸੱਥਰ ਵਿੱਚ ਗਏ ਨੇ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਣਪਛਾਤੇ ਵਹੀਕਲ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਇਹ ਮੇਰਾ ਭਤੀਜਾ ਸੀਗਾ ਜੀ, ਇਹਨਾਂ ਨਾਲ ਇਹ ਚੰਨੋ ਤੋਂ ਛੁੱਟੀ ਕਰਕੇ ਆ ਰਹੇ ਸੀ ਜੀ। ਇਹਨਾਂ ਦੀ ਮੰਮੀ ਨੇ ਫੋਨ ਕਰਿਆ ਵੀ ਸੰਜੇ ਤੂੰ ਕਿੱਥੇ ਆ, 5 ਮਿੰਟ ਪਹਿਲੀ, ਅਤੇ ਉਹਨਾਂ ਨੇ ਕਿਹਾ ਵੀ ਮੈਂ ਆ ਰਿਹਾ ਮੰਮੀ, ਵੀ ਮੈਂ ਰਸਤੇ ਜਾ, ਉਹ ਰਸਤੇ ਜਾਣ ਦੀ ਇੱਥੇ ਸਤਸੰਗ ਘਰ ਕੋਲ ਆ ਕੇ ਇਹਨਾਂ ਦਾ ਐਕਸੀਡੈਂਟ ਹੋ ਗਿਆ ਜੀ। ਇਹਦੇ ਨਾਲ ਕੌਣ ਸੀਗਾ? ਇਹਦੇ ਨਾਲ ਇੱਕ ਰੋਟੇ ਦਾ ਬੰਦਾ ਸੀਗਾ ਜੀ, ਰੋਟੇ ਦਾ ਹੀ ਮੋਟਰਸਾਈਕਲ ਸੀਗਾ ਜੀ, ਉਹਦੇ ਰੋਟੇ ਵਾਲੇ ਮੁੰਡੇ ਦੇ ਜੀ। ਸੰਜੇ ਦਾ ਵਿਆਹ ਕਦੋਂ ਹੋਇਆ? ਵਿਆਹ ਇਹਨੂੰ ਅੱਜ 20 ਦਿਨ ਹੋ ਗਏ ਜੀ, 27 ਤਰੀਕ ਨੂੰ ਵਿਆਹ ਹੈ, ਵਿਆਹ ਦੇ 20 ਦਿਨ ਹੋ ਗਏ ਜੀ। ਕਾਰਵਾਈ ਕਰਕੇ ਸਾਨੂੰ ਮੁਆਵਜ਼ਾ ਦਿੱਤਾ ਵੀ ਅਸੀਂ ਗਰੀਬ ਬੰਦੇ ਹਾਂ ਬਹੁਤ, ਵੀ ਸਾਡੇ ਕੋਲ ਇੰਨੇ, ਸਾਡੇ ਹੀ ਉਹ ਮੋਟੀ ਸੀ, ਸਾਡੇ ਹੀ ਉਹ ਬੰਦਾ ਸੀ, ਸਾਡੇ ਹੀ ਉਹ ਲਾਣੇਦਾਰ ਸੀ, ਹਾਂ ਉਹਦਾ ਹੀ ਗੁਜ਼ਾਰਾ ਵੀ ਸੰਜਾ ਜਿਹੜਾ ਸਾਲਾ ਜੀ ਉਹਨੇ ਬਾਹਰ ਜਾਣਾ ਸੀਗਾ, ਉਹਨੇ ਰਾਤ ਨੂੰ ਫਲੈਟ 'ਤੇ ਛੱਡਣ ਦਾ ਉਹ ਜਾਣਾ ਸੀਗਾ, ਉੱਥੋਂ ਉੱਥੇ ਜਾਣਾ ਸੀ। ਜਿਹੜੇ ਬਾਈਕਲ ਨੇ ਮਾਰ ਕੇ ਛੁੱਟ ਕੇ ਗਿਆ ਵੀ ਉਹਨਾਂ ਤੇ ਕਾਰਵਾਈ ਕਰਕੇ ਕੋਈ ਨਾ ਕੁਛ ਦਿੱਤਾ। ਉਹ ਜੀ ਪੈਪਸੀ ਕੁਛ ਕੰਮ ਕਰਦੇ ਸੀਗੇ, ਉੱਥੋਂ ਡਿਊਟੀ ਤੋਂ ਆ ਰਹੇ ਸੀਗੇ ਤੇ ਆਪਣੇ ਸਤਸੰਗ ਘਰ ਜ਼ਿਲ੍ਹਾ ਜੀ ਇੱਥੇ ਉੱਥੇ ਰੋਡ ਦੇ ਉੱਪਰ ਨਾ ਜੀ ਉਹਨੂੰ ਆਪਸਾ ਤੇ ਵਹੀਕਲ ਵੱਲੋਂ ਟੱਕਰ ਮਾਰ ਦਿੱਤੀ ਹੈ ਜੀ। ਇੱਕ ਨਾਲ ਉਹਦਾ ਦੋਸਤ ਸੀਗਾ ਜੀ, ਰੋਟੀ ਛੰਨਾ ਦਾ ਜੀ, ਇਕੱਠੇ ਕੰਮ ਕਰਦੇ ਜੀ, ਇਕੱਠੇ ਜਾਂਦੇ ਸੀਗੇ ਅਤੇ ਉਹਨਾਂ ਦੀ ਮੌਕੇ 'ਤੇ ਡੈਥ ਹੋ ਗਈ ਜੀ। ਹਾਂਜੀ ਦੋਨਾਂ ਦੀ। ਇੱਕ ਦਾ ਨਾਮ ਸੰਜੇ ਕੁਮਾਰ ਸੀਗਾ ਜੀ, ਮੇਰੇ ਬ੍ਰਦਰ ਦਾ ਨਾਮ ਹੈਗਾ ਸੀਗਾ ਨਰਿੰਦਰ ਸਿੰਘ ਜੀ। ਕਿੰਨੀ ਉਮਰ? 23-24 ਸਾਲਾਂ ਦੇ ਸੀਗੇ ਜੀ। ਪਤਾ ਲੱਗਿਆ ਜੀ ਕੌਣ ਸੀ? ਨਹੀਂ ਪਤਾ ਹੀ ਨਹੀਂ ਲੱਗਿਆ ਜੀ ਅਜੇ ਸਾਨੂੰ। ਕਿਸ ਤਰ੍ਹਾਂ ਦੀ ਕੰਡੀਸ਼ਨ 'ਤੇ ਤੁਸੀਂ ਬੋਡੀ ਦੇਖੀ? ਡੈੱਡ ਸੀਗੇ ਜੀ, ਜਦੋਂ ਚੱਕੇ ਨੇ ਜਾ ਕੇ ਦੇਖੇ ਨੇ, ਜਮੀ ਡੈੱਡ ਸੀਗੇ ਜੀ। ਕੋਈ ਨੀ ਸੀ ਇੱਥੇ ਰੁਕ ਰਿਹਾ, ਮੈਂ 7:30-8 ਵਜੇ ਦੇ ਮੈਨੂੰ ਲੱਗਦਾ ਕਰੀਬ ਮੈਂ ਉੱਥੇ ਕੁਲਚਿਆਂ ਦਾ ਕੰਮ ਬੰਦ ਕਰਕੇ ਮੈਂ ਘਰ ਜਾ ਰਿਹਾ ਸੀ।
ਮੈਂ 40 ਨੰਬਰ ਫੜ ਕੇ ਤੇ ਰਹਿਣਾ, ਇੱਥੇ ਕੋਈ ਨਹੀਂ ਸੀ ਰੁਕ ਰਿਹਾ। ਮੈਂ ਉਤਰ ਕੇ ਦੇਖ ਉਤਰਿਆ ਥੋੜ੍ਹਾ ਜਿਹਾ ਦੇਖਿਆ ਵੀ ਆ ਉਤਰ ਕੇ ਵੀ ਬੰਦਿਆਂ ਦੀ ਹੈ ਨਹੀਂ ਸੀ, ਪਲਸ ਬਿਲਕੁਲ ਨਹੀਂ ਸੀਗੀ। ਮੈਂ ਹੱਥ ਫੜ ਕੇ ਦੋਨਾਂ ਦੇ ਦੇਖੇ ਨੇ, ਰੁਕਿਆ ਜੇ ਮਾੜੇ ਜਿਹੇ ਵੀ ਸਾਹ ਚੱਲਦੇ ਹੁੰਦੇ ਮੈਂ ਖੁਦ ਉਹਨਾਂ ਨੂੰ ਆਪਦੇ ਟੈਂਪੂ ਦੇ ਵਿੱਚ ਪਾ ਕੇ ਮੈਂ ਹੋਸਪਿਟਲ ਲੈ ਜਾਂਦਾ। ਐਡਾ ਕੋਈ ਆਪਾਂ ਨੂੰ ਪੁਲਿਸ ਦਾ ਡਰ ਨਹੀਂ, ਆਪਾਂ ਕਿਹੜਾ ਚੋਰੀ ਕੀਤੀ ਹੈ ਕੋਈ, ਇਹ ਬਚਣ ਦੀ 1% ਵੀ ਚਾਂਸ ਹੁੰਦੇ ਆਪਾਂ ਲੈ ਜਾਂਦੇ। ਆਪਾਂ ਨੂੰ ਇਹੋ ਜਿਹੀ ਗੱਲ ਨਹੀਂ। ਕਿਸ ਤਰ੍ਹਾਂ ਦੀ ਕੰਡੀਸ਼ਨ, ਕਿਸ ਤਰ੍ਹਾਂ ਦੀ ਸੀ ਉਸ ਟਾਈਮ ਕੰਡੀਸ਼ਨ? ਮੇਰਾ ਡੈੱਡ ਪਏ ਸੀਗੇ ਬਿਲਕੁਲ। ਕਿੱਥੇ ਕਿੱਥੇ ਸੱਟਾਂ ਲੱਗੀਆਂ ਹੁੰਦੀਆਂ? ਇੱਕ ਤਾਂ ਸਿਰ ਦੇ ਵਿੱਚ ਸੀਗਾ, ਸਿਰ 'ਚੋਂ ਬਲੱਡ ਜਾ ਰਿਹਾ ਸੀ ਇੱਕ ਬੰਦੇ, ਦੂਸਰਾ ਬੰਦਾ ਮੁੱਦਾ ਪਿਆ ਸੀ। ਉਹ ਵੀ ਹਿਲ ਨਹੀਂ, ਹਿਲ ਜੁਲ ਕੁਛ ਨਹੀਂ ਸੀ। ਸਰ ਕਿਸੇ ਲੋਕਾਂ ਨੇ ਚੱਕਣ ਦੀ ਕੋਸ਼ਿਸ਼? ਕੁਛ ਨਹੀਂ ਜੀ ਕੀਤਾ। ਮੈਨੂੰ ਵੀ ਕਹਿੰਦੇ ਤੂੰ ਭੱਜ ਜਾ, ਤੂੰ ਨਾ ਖੜ ਤਾਂ ਨਾ ਖੜ, ਜੇ ਚੱਲਦੇ ਹੁੰਦੇ ਆਪਾਂ ਉਹਨਾਂ ਦੀ ਸੁਣਦੀ ਨਾ। ਮੈਂ ਕਿਹਾ ਡੈੱਡ ਕੇਸ ਆ ਵੀ, ਇਹ ਤਾਂ ਫਿਰ ਇਹਦਾ ਬੰਦੇ ਨੇ ਕਹਿਣਾ ਵੀ ਨਹੀਂ ਵੀ ਮੇਰੀ ਮਦਦ ਕਰਨ ਲਈ ਆਇਆ ਜਾਂ ਕੁਛ ਕਰਨ ਲਈ ਆਇਆ, ਤਾਂ ਮੇਰੇ ਵੀ ਗੱਲ ਪੈਣ ਦਾ ਉਹ ਸੀਗਾ। ਪਰ ਜੇ 1% ਵੀ ਚਾਂਸ ਹੁੰਦੇ ਆਪਾਂ ਲੈ ਜਾਂਦੇ। ਮੈਂ ਘਰ ਗਿਆ, ਘਰ ਜਾ ਕੇ ਗੱਲ ਕੀਤੀ, ਉਹ ਕਹਿੰਦੇ ਤੈਨੂੰ ਸ਼ਰਮ ਨਾ ਆਈ। ਮੈਨੂੰ ਖੁਦ ਘਰਦਿਆਂ ਨੇ ਵੀ ਕਿਹਾ ਵੀ ਤੂੰ ਹੋਸਪਿਟਲ ਤਾਂ ਲੈ ਜਾਂਦਾ ਉਹਨੂੰ ਜੇ ਬਚ ਜਾਂਦੀ ਕਿਸੇ ਦੀ ਜਾਨ, ਪਰ ਉਦਾਂ ਦਾ ਕੋਈ ਹੈ ਹੀ ਨਹੀਂ ਸੀ। ਗੱਡੀ ਨਾਲ ਮਾਰਿਆ ਹੋਇਆ ਜੀ, ਗੱਡੀ ਗੱਡੀ ਉਹਨਾਂ 'ਚ ਲੱਗੀ ਹੈ, ਇਹ ਤਾਂ ਗੱਲ ਜੈਨੂਇਨ ਜੀ ਗੱਲ। ਇਹ ਬਾਈਕ 'ਤੇ ਸੀ, ਮੇਰੇ ਆਉਣ ਤੋਂ ਪਹਿਲਾਂ ਇਹ ਹੋ ਚੁੱਕਿਆ ਸੀ ਹਾਦਸਾ। ਕੋਈ ਵੀ ਨਹੀਂ ਸੀ ਰੁਕ ਰਿਹਾ ਮੇਰੇ, ਮੈਂ ਤੁਰਿਆ ਜਦੋਂ ਮੇਰੇ ਕੋਲ 'ਚ ਐਂਬੂਲੈਂਸ ਵੀ ਨਹੀਂ ਗਈ। ਐਂਬੂਲੈਂਸ ਵਾਲੇ ਨੇ ਵੀ ਦੇਖ ਕੇ ਇਹਨਾਂ ਨੂੰ ਰੋਕਿਆ ਨਹੀਂ, ਜਦ ਕਿ ਐਂਬੂਲੈਂਸ ਵਾਲੇ 'ਤੇ ਤਾਂ ਕੇਸ ਵੀ ਨਹੀਂ ਬਣਦਾ। ਐਂਬੂਲੈਂਸ ਵਾਲਾ ਤਾਂ ਮਦਦ ਲਈ ਹੋਇਆ ਆਪਣੇ, ਐਂਬੂਲੈਂਸ ਵਾਲੇ ਨੇ ਵੀ ਉਹ ਨਹੀਂ ਕੀਤਾ। ਮਦਦ ਕਰਨੀ ਚਾਹੀਦੀ। ਕੱਲ੍ਹ ਨੂੰ ਮੈਂ ਵੀ ਗਿਰਿਆ ਪਿਆ ਹੋਇਆ ਤਾਂ ਮੇਰੇ ਘਰਦਿਆਂ ਨੇ ਵੀ ਇਹੀ ਗੱਲ ਕਹੀ, ਜੇ ਕੱਲ੍ਹ ਨੂੰ ਤੂੰ ਗਿਰਿਆ ਪਿਆ ਹੋਵੇਗਾ ਤੈਨੂੰ ਵੀ ਨਹੀਂ ਕਿਸੇ ਨੇ ਚੱਕਣਾ, ਕਿ ਤੈਨੂੰ ਕੋਈ ਛੱਡ ਕੇ ਜਾਵੇ ਤਾਂ ਤੈਨੂੰ ਵੀ ਬੁਰਾ ਲੱਗੂ ਤਾਂ ਸਾਨੂੰ ਵੀ ਬੁਰਾ ਲੱਗੂਗਾ। ਆਪਾਂ ਨੂੰ ਮਦਦ ਤਾਂ ਕਰੋ ਜੇ 1% ਵੀ ਬੰਦੇ ਦਾ ਚਾਂਸ ਆ ਜੀ। ਆਪਣਾ ਪਤਾ ਕੀਤਾ ਸੀਗਾ, ਜਿਵੇਂ ਜਾ ਕੇ ਸਾਰਾ ਪਤਾ ਲੱਗਿਆ ਸਾਨੂੰ, ਜਿਵੇਂ ਕਿ ਨਿੰਦਰ ਸਿੰਘ ਹੈ, ਸਨ ਆਫ ਗੁਰਚਰਨ ਸਿੰਘ ਹੈ, ਉਮਰ 24 ਸਾਲ ਹੈ ਇਹਦੀ। ਇਹ ਰੋਟੀ ਰੋਟਾ ਦਾ ਰਹਿਣ ਵਾਲਾ ਮੁੰਡਾ ਇਹ, ਅਤੇ ਇਹਦੇ ਨਾਲ ਇੱਕ ਦਾ ਫਰੈਂਡ ਸੀਗਾ ਸੰਜੇ ਕੁਮਾਰ, ਸਨ ਆਫ ਜਸਬੀਰ ਸਿੰਘ। ਇਹ ਦੋਨੋਂ ਚੰਨੋ ਫੈਕਟਰੀ ਦੇ ਵਿੱਚ ਲੱਗੇ ਹੋਏ ਸੀਗੇ ਅਤੇ ਉੱਥੋਂ ਆ ਰਹੇ ਸੀਗੇ, ਅਤੇ ਸਤਸੰਗ ਘਰ ਦੇ ਕੋਲ ਨਾਭਾ ਇਹਨਾਂ ਦਾ ਐਕਸੀਡੈਂਟ ਹੋ ਗਿਆ। ਕਿਵੇਂ ਹੋਇਆ ਜੀ? ਇਹ ਕੈਮਰੇ ਵਗੈਰਾ ਸਾਰੇ ਚੈੱਕ ਕਰ ਲਏ, ਰਾਤੀ ਸਾਰੇ ਚੈੱਕ ਕੀਤੇ ਨੇ, ਅਤੇ ਹੁਣ ਵੀ ਸਾਰੇ ਚੈੱਕ ਕੀਤੇ, ਉਹਦੇ ਵਿੱਚ ਕਲੀਅਰ ਨਹੀਂ ਹੋ ਰਿਹਾ ਕਿਸ ਚੀਜ਼ ਨਾਲ ਇਹਦਾ ਐਕਸੀਡੈਂਟ ਹੋਇਆ। ਕਿੰਨੀ ਉਮਰ ਹੈ ਜੀ ਇਹਨਾਂ ਦੀ? ਜਿਹੜਾ ਆਪਣਾ ਨਿੰਦਰ ਸਿੰਘ ਸੀਗਾ ਇਹਦੀ ਉਮਰ 24 ਸਾਲ ਸੀਗੀ, ਜਿਹੜਾ ਸੰਜੇ ਕੁਮਾਰ ਆ ਇਹਦੀ ਉਮਰ ਸੀਗੀ 25 ਸਾਲ। ਸੰਜੇ ਕੁਮਾਰ? ਹਾਂਜੀ, ਜਿਹੜਾ ਸੰਜੇ ਕੁਮਾਰ ਸੀਗਾ ਇਹਦਾ 1 ਮਹੀਨਾ ਪਹਿਲਾਂ ਹੀ ਮੈਰਿਜ ਹੋਈ ਸੀਗੀ। ਇਹ ਕੰਮ ਕਿੱਥੇ ਕਰਦੇ ਸੀਗੇ? ਇਹ ਚੰਨੋ ਫੈਕਟਰੀ ਦੇ ਵਿੱਚ ਕੰਮ ਕਰਦੇ ਸੀਗੇ। ਉੱਥੋਂ ਵਾਪਸ ਆ ਰਹੇ? ਉੱਥੋਂ ਵਾਪਸ ਆ ਰਹੇ ਸੀਗੇ, ਆ ਕੇ ਇਹਨਾਂ ਦਾ ਇੱਕਦਮ ਐਕਸੀਡੈਂਟ ਹੋਇਆ। ਜਿੱਥੇ ਐਕਸੀਡੈਂਟ ਹੋਇਆ 1.5 ਕਿਲੋਮੀਟਰ ਦਾ ਸਿਰਫ ਹੈਗਾ ਵੀ ਘਰ ਤੋਂ ਰਸਤਾ ਹੈ? ਬਿਲਕੁਲ ਬਿਲਕੁਲ, 1.5 ਕਿਲੋਮੀਟਰ ਦਾ ਟਾਈਮ ਸੀਗਾ ਐਕਸੀਡੈਂਟ ਦਾ। ਹਾਂਜੀ, ਫਰਦਰ ਕੀ ਕਾਰਵਾਈ ਕੀਤੀ? ਬਸ ਇਹਦੇ ਦੀ ਪਰਚਾ ਦਰਜ ਕਰਕੇ ਇਹਨਾਂ ਪੋਸਟਮਾਰਟਮ ਵਗੈਰਾ ਕਰਵਾ ਕੇ ਬੋਡੀਜ਼ ਨਾਲ ਹਵਾਲੇ ਕਰਾਂਗੇ। ਅਤੇ ਜਿਵੇਂ ਪਤਾ ਲੱਗਿਆ CCTV ਆਧਾਰ 'ਤੇ ਕੋਈ ਜਿਹੜੇ ਵਹੀਕਲ ਨੇ ਮਾਰ ਗਿਆ? ਅਸੀਂ ਉਹ ਸਾਰੇ ਚੈੱਕ ਕੀਤੇ, ਸਾਰੀ ਰਾਤ ਵੀ ਚੈੱਕ ਕੀਤੀ, ਅਤੇ ਹੁਣ ਵੀ ਮੈਂ ਖੁਦ ਜਾ ਕੇ ਚੈੱਕ ਕੀਤੇ ਸਾਰੇ, ਉਹਦੇ ਵਿੱਚ ਕਲੀਅਰ ਨਹੀਂ ਆ ਰਿਹਾ ਕਿਸ ਚੀਜ਼ ਦੇ ਐਕਸੀਡੈਂਟ ਹੋਇਆ। ਬਾਕੀ ਅਸੀਂ ਸਾਰੀ ਦੁਬਾਰਾ ਚੈੱਕ ਕਰਾਂਗੇ, ਜਿਵੇਂ ਵੀ ਹੋਏ ਤੁਹਾਨੂੰ ਦੱਸਾਂਗੇ। ਹੋਰ ਕਿਹੜੀ ਧਾਰਾ ਦੇ ਤਹਿਤ ਮਾਮਲਾ? 304 ਇਹਦਾ।